ਹਾਂ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂ ਜੀ, ਕੀ ਨਾਮ ਹੈ ਜੀ ਤੁਹਾਡਾ? ਸੁਰੇਸ਼ ਬੋਲ ਰਿਹਾ ਜੀ, ਮੈਂ ਵਿਨੈ ਹਰੀ ਜੀ ਬੋਲ ਰਹੇ। ਹਾਂ ਜੀ, ਸੁਰੇਸ਼ ਜੀ, ਵਿਨੈ ਹਰੀ ਬੋਲ ਰਹੇ, ਬਤਾਈਏ ਕਿਆ ਜਾਣਨਾ ਚਾਹਤੇ ਹੈ? ਸਰ ਮੈਂ ਹਰਿਆਣੇ ਤੋਂ ਬੋਲ ਰਿਹਾ। ਹਰਿਆਣਾ ਸੇ ਬੋਲ ਰਹੇ? ਕਹਾਂ ਸੇ ਬੋਲ ਰਹੇ? ਹਰਿਆਣਾ ਸੇ? ਹਰਿਆਣਾ ਮੈਂ ਸਰ ਕੈਥਲ ਸੇ ਬੋਲ ਰਿਹਾ। ਹਾਂ ਜੀ, ਬੋਲੇ, ਬਤਾਈਏ ਸੁਰੇਸ਼ ਜੀ, ਕਿਆ ਜਾਣਨਾ ਚਾਹਤੇ ਆਪ? ਸਰ ਕਨੇਡਾ ਜਾਣਾ ਮਨਾ। ਕਨੇਡਾ ਜਾਣਾ ਆਪਕੋ? ਕਿਤਨਾ ਪੜ੍ਹੇ ਹੋਏ ਜੀ ਆਪ? ਪੜ੍ਹਾ ਪੁੜ੍ਹਾ ਤਾਂ ਠੀਕ ਠਾਕ ਪੜ੍ਹ ਰਹੇ ਜੀ, ਮੈਨੂੰ ਸੁਣਿਆ ਕਨੇਡਾ ਵਿੱਚੋਂ। ਨਹੀਂ ਨਹੀਂ ਆਪ ਕਿਤਨਾ ਪੜ੍ਹੇ ਹੋਏ ਹੈ? ਮੈਨੂੰ 12ਵੀਂ ਕਰ ਰੱਖੀ ਜੀ। 12ਵੀਂ? 12ਵੀਂ ਕਿਤਨੇ ਨੰਬਰ ਹੈ ਜੀ ਆਪਕੇ? 12ਵੀਂ ਮੈਂ ਤੋਂ ਨਿਊ ਲਾ ਲਓ ਜੀ 37% ਹੋਏ ਗਏ ਮੇਰੇ ਟਾਈਮ ਮੈਂ 37% ਹੈ। ਕਿਤਨੇ ਕਿਤਨੇ ਬੋਲੇ ਆਪਨੇ? 37। 37? ਭਾਈ ਇਹ ਤੋਂ ਕਮ ਹੈ ਯਾਰ, ਇਤਨੇ ਨੰਬਰੋਂ ਪੇ ਕੈਨੇਡਾ ਕੈਸੇ ਜਾ ਪਾਏਂਗੇ ਆਪ? ਨਹੀਂ ਆਪ ਮੈਨੂੰ ਤਾਂ ਸੁਣਿਆ ਜੀ ਆਪ 33% ਭੇਜੋ ਜੀ, ਮੇਰੇ ਤਾਂ ਫਿਰ ਵੀ 37 ਹੈ। ਹਾਂ ਹਾਂ, 4% ਜ਼ਿਆਦਾ। ਆਈਲੈਟ ਕੀ ਹੋਗਾ ਆਪਣੇ ਜੀ? ਆਈਲੈਟ ਬਤਾਓ ਕਿਤਨੇ ਬੈਂਡ ਲੈਣੇ? ਆਈਲੈਟ ਆਈਲੈਟ ਮੈਂ 6 ਬੈਂਡ ਲੈਣੇ ਪੜੇਗੇ ਜੀ ਆਪਕੋ। ਮੇਰੇ 6 ਹੈ ਜੀ। ਆਪਕੇ 6 ਬੈਂਡ ਹੈ? ਹਾਂਜੀ। ਤੋ ਕੈਨੇਡਾ ਮੈਂ ਕਹਾਂ ਜਾਣਾ ਚਾਹਤੇ ਹੈ ਆਪ? ਕੈਨੇਡਾ ਮੈਂ ਕਹੀਂ ਭੇਜ ਦਿਓ ਜੀ। ਕੋਈ ਹੈ ਉਧਰ ਆਪਕੋ ਸੰਭਾਲਣੇ ਵਾਲਾ ਜੀ? ਨਹੀਂ ਜੀ, ਆ ਤਾਂ ਮਿਲ ਜਾਏਗਾ ਜੀ, ਇੱਕ ਵਾਰ ਵੀਜ਼ਾ ਲੱਗ ਜਾ ਬਹੁਤ ਮਿਲ ਜਾਏਗਾ ਫਿਰ ਤੋਂ। ਤੋ ਉਧਰ ਕਿਆ ਕਰੇਂਗੇ ਕੈਨੇਡਾ ਜਾ ਕੇ ਆਪ? ਪੱਕਾ ਹੋਣਾ ਜੀ। ਅੱਛਾ, ਪੱਕੇ ਹੋਣੇ ਕੇ ਲਈ ਜਾਣਾ ਚਾਹਤੇ ਹੈ? ਹੋਰ ਕਿਆ ਜੀ। ਚਲੋ ਆਪਕੋ ਇਹ ਜੋ ਨੰਬਰ ਸਕਰੀਨ ਪੇ ਰੱਖ ਰਹਾ ਨਾ, ਇਸ ਨੰਬਰ ਪੇ ਕਾਲ ਕਰਕੇ ਆਪ ਮੇਰੇ ਸਾਥ ਟਾਈਮ ਬਣਾ ਲਓ ਕਿਸੇ ਦਿਨ। ਗਾਂ ਮਿਲੋਗੇ ਜੀ? ਹਮਾਰਾ ਕੁਰਕਸ਼ੇਤਰ ਮੇਂ ਵੀ ਦਫ਼ਤਰ ਹੈ ਜੀ, ਹਮਾਰਾ ਚੰਡੀਗੜ੍ਹ ਮੇਂ ਵੀ ਦਫ਼ਤਰ ਹੈ, ਕਿਸੀ ਵੀ ਜਗ੍ਹਾ ਫੋਨ ਕਰਕੇ ਇੱਕ ਵਾਰ ਮੇਰੇ ਸਾਥ ਟਾਈਮ ਰੱਖ ਲਿਓ ਜੀ ਪਹਿਲੇ। ਠੀਕ ਹੈ ਜੀ, ਇਸ ਨੰਬਰ ਪੇ ਕਰ ਲੂ ਜੀ ਬਾਤ ਹੋ ਰਹੀ? ਹਾਂਜੀ ਹਾਂਜੀ, ਇਸੀ ਨੰਬਰ ਪੇ ਫੋਨ ਕਰ ਲੈਣਾ ਜੀ ਆਪ। ਠੀਕ ਹੈ, ਬਹੁਤ ਬਹੁਤ ਠੀਕ ਹੈ, ਧੰਨਵਾਦ ਜੀ, ਧੰਨਵਾਦ। ਬੰਦਾ ਬੜਾ ਚਲੋ ਕਾਲ ਲੈਂਦੇ ਆਪਾਂ, ਫਿਰ ਕਰਦੇ ਗੱਲ ਜੀ। ਹਾਂਜੀ ਜੀ, ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹੈਲੋ ਜੀ, ਸਤਿ ਸ਼੍ਰੀ ਅਕਾਲ। ਹੈਲੋ ਹੈਲੋ, ਕੱਟ ਗਿਆ ਜੀ। ਹਾਂਜੀ, ਅਤੇ 37% ਵਾਲਾ ਜਾਂਦਾ ਹੈ ਕੈਨੇਡਾ? ਹਾਂਜੀ, ਅਸੀਂ 33% ਦੀ ਮਸ਼ਹੂਰੀ ਕਰਦੇ ਹਾਂ ਜੀ। ਅੱਛਾ ਜੀ, ਸਾਡੀ ਮਸ਼ਹੂਰੀ ਆਉਂਦੀ ਹੈ ਜੀ, 33% ਕੈਨੇਡਾ 'ਚ ਭੇਜਾਂਗੇ ਜੀ ਹਮ। ਅੱਛਾ,